ਹਿਮਾਚਲ ਪ੍ਰਦੇਸ਼ ਦੀ ਰਿਆਸਤ ਸਿਰਮੌਰ 'ਚ ਵਗਦੀ ਨਦੀ ਯਮੁਨਾ ਦੇ ਕਿਨਾਰੇ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਸੁਸ਼ੋਭਿਤ ਹੈ। ਇਸ ਗੁਰਦੁਆਰਾ ਸਾਹਿਬ ਦੀ ਨੀਂਹ ਦਸ਼ਮ ਪਿਤਾ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1685 ਈਸਵੀ ਨੂੰ ਰੱਖੀ ਸੀ। ਇਸੇ ਸਥਾਨ ਤੋਂ ਹੀ ਗੁਰੂ ਜੀ ਨੇ ਭੰਗਾਣੀ ਦਾ ਯੁੱਧ ਵੀ ਲੜਿਆ ਸੀ। ਇਸ ਅਸਥਾਨ 'ਤੇ ਅੱਜ ਕੱਲ੍ਹ ਗੁਰਦੁਆਰਾ ਸ਼੍ਰੀ ਭੰਗਾਣੀ ਸਾਹਿਬ ਸੁਸ਼ੋਭਿਤ ਹੈ। ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਵਿਖੇ ਹੀ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਮਾਤਾ ਸੁੰਦਰ ਕੌਰ ਜੀ ਦੀ ਕੁੱਖੋਂ ਹੋਇਆ ਸੀ। ਬਾਅਦ ਵਿੱਚ ਇਸ ਅਸਥਾਨ ਦੀ ਸੇਵਾ ਸੰਭਾਲ ਕਰ ਰਹੇ ਸਮੇਂ ਦੇ ਮਹੰਤਾਂ ਨੇ ਬੇਅੰਤ ਕੁਰੀਤੀਆਂ ਅਤੇ ਮਨਮਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨੂੰ ਗੁਰੂ ਘਰ ਨਾਲ ਪਿਆਰ ਕਰਨ ਵਾਲੀਆਂ ਸਿੱਖ ਸੰਗਤਾਂ ਸਹਿਣ ਨਹੀਂ ਕਰ ਸਕੀਆਂ। ਉਹਨਾਂ ਨੇ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਜਥੇਦਾਰ ਬਾਬਾ ਹਰਭਜਨ ਸਿੰਘ ਜੀ ਨੂੰ ਬੇਨਤੀ ਕੀਤੀ। ਗੁਰਦੁਆਰਾ ਸਾਹਿਬ ਜੀ ਦੀ ਪਵਿੱਤਰਤਾ ਨੂੰ ਬਹਾਲ ਕਰਨ ਲਈ ਬਾਬਾ ਹਰਭਜਨ ਸਿੰਘ ਜੀ ਸਮੂਹ ਜਥੇਬੰਦੀ ਸਮੇਤ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਪਹੁੰਚੇ। ਉਹਨਾਂ ਵੱਲੋਂ ਇਸ ਅਸਥਾਨ 'ਤੇ 101 ਸ਼੍ਰੀ ਅਖੰਡ ਪਾਠਾਂ ਦੀ ਲੜੀ ਸ਼ੁਰੂ ਕਰਵਾ ਦਿੱਤੀ। 22 ਮਈ 1964 ਨੂੰ ਸ਼੍ਰੀ ਅਖੰਡ ਪਾਠਾਂ ਦੇ ਭੋਗ ਸਮੇਂ ਹਿਮਾਚਲ ਸਰਕਾਰ ਅਤੇ ਸਮੇਂ ਦੇ ਮਹੰਤ ਗੁਰਦਿਆਲ ਸਿੰਘ ਵੱਲੋਂ ਜਥੇਬੰਦੀ ਦੇ ਸਿੰਘਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਜਥੇਬੰਦੀ ਦੇ 11 ਸਿੰਘ ਸ਼ਹੀਦ ਹੋ ਗਏ। ਇਸ ਖੂਨੀ ਸਾਕੇ ਦੇ ਚਸ਼ਮਦੀਦ ਗਵਾਹ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਦੇ ਵੀ ਕਈ ਗੋਲੀਆਂ ਲੱਗੀਆਂ ਸਨ, ਜਿਨ੍ਹਾਂ ਵਿੱਚੋਂ ਇੱਕ ਗੋਲੀ ਅਜੇ ਵੀ ਉਹਨਾਂ ਦੇ ਸਰੀਰ ਵਿੱਚ ਮੌਜੂਦ ਹੈ। ਇਸੇ ਕਰਕੇ ਗੁਰੂ ਖਾਲਸਾ ਪੰਥ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਸ਼੍ਰੀ ਅੰਮ੍ਰਿਤਸਰ ਵਿਖੇ ਉਹਨਾਂ ਨੂੰ ਜਿੰਦਾ ਸ਼ਹੀਦ ਦੇ ਖਿਤਾਬ ਵਜੋਂ ਨਿਵਾਜਿਆ ਗਿਆ ਸੀ। ਜਥੇਬੰਦੀ ਵੱਲੋਂ ਹਰ ਸਾਲ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਵਿਖੇ ਜਿੰਦਾ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਦੀ ਅਗਵਾਈ ਵਿੱਚ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਏ ਜਾਂਦੇ ਹਨ। ਇਸ ਵਾਰ ਵੀ 22 ਮਈ ਦਿਨ ਸੋਮਵਾਰ ਨੂੰ 1964 ਦੇ ਸ਼ਹੀਦੀ ਸਾਕੇ ਦੀ 53ਵੀਂ ਵਰੇਗੰਢ ਸ਼ਰਧਾ ਭਾਵਨਾ ਨਾਲ ਮਨਾਈ ਗਈ। 21 ਮਈ ਨੂੰ ਰਾਤ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਦੀਵਾਨ ਸਜਾਏ ਗਏ। ਪੰਥ ਪ੍ਰਸਿੱਧ ਰਾਗੀ ਜਥਿਆਂ ਅਤੇ ਕਥਾਵਾਚਕਾਂ ਨੇ ਜੁੜੀ ਸੰਗਤ ਨੂੰ ਗੁਰੂ ਜਸ ਸਰਵਣ ਕਰਵਾਇਆ। ਇਹਨਾਂ ਦੀਵਾਨਾਂ ਵਿੱਚ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ, ਬੀਬੀ ਯਸ਼ਪਾਲ ਕੌਰ ਜੀ ਹਰੀਆਂ ਵੇਲਾਂ ਅਤੇ ਜਥੇਬੰਦੀ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ। ਇਹਨਾਂ ਦੀਵਾਨਾਂ ਵਿੱਚ ਭਾਈ ਹਰਨਾਮ ਸਿੰਘ ਹਰੀਆਂ ਵੇਲਾਂ, ਭਾਈ ਚਰਨਜੀਤ ਸਿੰਘ, ਭਾਈ ਜਸਵੀਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਪਾਉਂਟਾ ਸਾਹਿਬ, ਕਥਾਵਾਚਕ ਬਾਬਾ ਬੰਤਾ ਸਿੰਘ ਅਤੇ ਹੋਰਨਾਂ ਨੇ ਹਾਜ਼ਰੀ ਭਰੀ। ਉਹਦੇ ਗੁਣਾਂ ਨੂੰ
ਲਿਖਣ ਦਾ ਯਤਨ ਕਰਦਾ ਹੈ ਅਤੇ ਮੈਨੂੰ ਆਪਣੀ ਕਲਮ ਦੀ ਔਕਾਤ ਇੱਕ ਬੁਲਬਲੇ ਵਰਗੀ ਲੱਗਦੀ ਹੈ ਅਤੇ ਸਿੱਖੋ ਤੁਹਾਡਾ ਕਰਮੀ ਦਾ ਸਮੁੰਦਰ ਵਰਗਾ ਲੱਗਦਾ। ਇੱਕ ਮੁਸਲਮਾਨ ਵੀਰ ਕਹਿ ਰਿਹਾ ਅਤੇ ਬੁਲਬਲਿਆਂ ਤੋਂ ਤਾਂ ਛੱਲਾਂ ਦੀ ਵਡਿਆਈ ਨਹੀਂ ਕੀਤੀ ਜਾਂਦੀ ਅਤੇ ਏਡੀ ਕਾਇਆ ਹੈ ਸਮੁੰਦਰ ਦੀ ਕੀ ਬਿਆਨ ਕਰਨਾ। ਹਾਂ ਰੰਗ ਮਾਣਿਆ ਜਾ ਸਕਦਾ ਸਮੁੰਦਰ ਦਾ, ਸਮੁੰਦਰਾਂ ਦੇ ਅੰਤ ਨਹੀਂ ਪਾਏ ਜਾ ਸਕਦੇ। ਹਾਂ ਕੋਈ ਚੁੱਲ੍ਹੀ ਮਾਰ ਲਵੇ, ਇਨਾਨ ਪਾਨ ਕਰ ਲਵੇ, ਆਨੰਦ ਮਾਣ ਲਵੇ, ਇਹ ਤਾਂ ਹੋ ਸਕਦਾ ਹੈ। ਸਮੁੰਦਰਾਂ ਦੇ ਅੰਤ ਨਹੀਂ ਪੈਂਦੇ, ਸਮੁੰਦਰ ਕਦੇ ਕੁਝੇ 'ਚ ਨਹੀਂ ਪੈਂਦਾ। ਸਾਡੀ ਸੁਰਤੀ ਦੀ ਔਕਾਤ ਕੁਝੇ ਵਾਲੀ ਹੈ ਅਤੇ ਗੁਰੂ ਗੋਬਿੰਦ ਸਿੰਘ ਸਮੁੰਦਰ ਹੈ। ਮਿਤੀ 22 ਮਈ ਸਵੇਰ ਵੇਲੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਰੱਖੇ ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਇਸ ਉਪਰੰਤ ਜਥੇਬੰਦੀ ਦੇ ਸਿੰਘਾਂ ਵੱਲੋਂ ਆਰਤੀ ਕੀਤੀ ਗਈ ਅਤੇ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਅਤੇ ਮਿਸਲ ਸ਼ਹੀਦਾਂ ਤਰਨੰ ਦਲ ਹਰੀਆਂ ਵੇਲਾ ਜਥੇਬੰਦੀ ਵੱਲੋਂ ਕਰਵਾਏ ਇਸ ਸ਼ਹੀਦੀ ਸਮਾਗਮ ਮੌਕੇ ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਕੀਰਤਨੀ ਜਥਿਆਂ ਨੇ ਜੁੜੀ ਸੰਗਤ ਨੂੰ ਕਥਾ ਕੀਰਤਨ ਅਤੇ ਢਾਡੀ ਵਾਰਾਂ ਸਰਵਣ ਕਰਵਾਈਆਂ। ਇਹਨਾਂ ਜਥਿਆਂ ਵਿੱਚ ਭਾਈ ਹਰਨਾਮ ਸਿੰਘ ਹਰੀਆਂ ਵੇਲਾ, ਭਾਈ ਚਰਨਜੀਤ ਸਿੰਘ, ਬੀਬੀ ਯਸ਼ਪਾਲ ਕੌਰ ਜੀ ਹਰੀਆਂ ਵੇਲਾ, ਜਿੰਦਾ ਸ਼ਹੀਦ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ, ਬਾਬਾ ਬੰਤਾ ਸਿੰਘ ਕਥਾਵਾਚਕ, ਭਾਈ ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ, ਭਾਈ ਬਲਦੇਵ ਸਿੰਘ ਸਕੱਤਰ SGPC, ਢਾਡੀ ਸਰੂਪ ਸਿੰਘ ਕੜਿਆਣਾ ਅਤੇ ਹੋਰਨਾਂ ਨੇ ਆਪਣੀ ਹਾਜ਼ਰੀ ਲਗਵਾਈ। ਵੱਡੀ ਗਿਣਤੀ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਭਰੀ ਅਤੇ ਗੁਰੂ ਘਰ ਮੱਥਾ ਟੇਕਿਆ। ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਨੇ 22 ਮਈ 1964 ਨੂੰ ਵਾਪਰੇ ਖੂਨੀ ਸਾਕੇ ਬਾਰੇ ਸੰਗਤਾਂ ਨੂੰ ਜਾਣੂ ਕਰਾਇਆ। ਪਹਿਲੇ ਸਮਿਆਂ ਵਿੱਚ ਵੀ ਅਤੇ ਹੁਣ ਵੀ ਕਈ ਸਥਾਨਾਂ 'ਤੇ
ਜਿਹੜੇ ਹੈਡ ਗ੍ਰੰਥੀ ਸਾਹਿਬ ਜਾਂ ਮੁੱਖ ਗ੍ਰੰਥੀ ਸਾਹਿਬ ਹੁੰਦੇ ਸਨ ਉਹਨਾਂ ਨੂੰ ਪੰਜਾਬੀ ਸਿੱਖ ਕਿਹਾ ਜਾਂਦਾ ਸੀ। ਸਰਖੰਡ ਸ੍ਰੀ ਹਜ਼ੂਰ ਸਾਹਿਬ ਅਜੇ ਵੀ ਜਿਹੜੇ ਉੱਥੇ ਦੇ ਮੁੱਖ ਜਥੇਦਾਰ ਹਨ ਉਹਨਾਂ ਨੂੰ ਹੈਡ ਪੰਜਾਬੀ ਜਾਂ ਵੀਰ ਪੰਜਾਬੀ ਦੇ ਸ਼ਬਦ ਨਾਲ ਹੀ ਆਪਾਂ ਸਤਿਕਾਰ ਦਿੰਦੇ ਹਾਂ। ਪਰ ਕੁਝ ਬੰਦੇ ਐਸੇ ਜਿੱਦਾਂ ਮਹਾਂਪਿੰਦਰ ਐਡਮ ਨਨਕਾਣੇ ਸਾਹਿਬ ਵਾਲਾ, ਪੰਜੇ ਸਾਹਿਬ ਵਾਲਾ, ਗੁਰੂ ਕੇ ਬਾਪ ਵਾਲਾ ਜਾਂ ਬਾਣੇ ਸਾਹਿਬ ਵਾਲਾ ਮਹੰਤ, ਜਿਨ੍ਹਾਂ ਨੇ ਮਹੰਤ ਨਾਮ ਨੂੰ ਇੱਕ ਤਰ੍ਹਾਂ ਦਾ ਨੀਘ ਲਾ ਦਿੱਤੀ। ਮਹੰਤ ਸ਼ਬਦ ਤਾਂ ਬਹੁਤ ਪਵਿੱਤਰ ਸ਼ਬਦ ਸੀ, ਗੁਰੂ ਸਾਹਿਬ ਜੀ ਦੀ ਬਾਣੀ ਦੱਸੋ ਬਾਣੀ ਵਿੱਚ ਬਹੁਤ ਵਾਰੀ ਮਹੰਤ ਸ਼ਬਦ ਆਵਾਜ਼ ਤੋਂ ਸਾਧ ਸਕਦਾ। ਜੇ ਇਹ ਪਤਤ ਮਹੰਤਾ ਵੀ ਗੁਰੂ ਸਾਹਿਬ ਜੀ ਦੇ ਪਵਿੱਤਰ ਸਥਾਨ ਦੀ ਪਵਿੱਤਰਤਾ ਨੂੰ ਭੰਗ ਕਰ ਦਿੱਤਾ, ਇਹਨੂੰ ਆਪਣੀ ਚੀਜ਼ ਜਾਇਦਾਦ ਸਮਝ ਕੇ ਵਰਤਣ ਲੱਗ ਪਿਆ। ਸਰਕਾਰ ਜੋ ਸੱਚਖੰਡ ਦਾ ਸੀ ਸਿੰਘ ਸਾਹਿਬ ਬਾਬਾ ਜੀ, ਬਾਬਾ ਹਰਭਜਨ ਸਿੰਘ ਸਾਹਿਬ ਜੀ ਮਿਸਲ ਸ਼ਹੀਦਾਂ ਤਾਲਣਾ ਨਾਲ ਹਰੀਆ ਮੇਲਾ ਜਥੇਬੰਦੀ ਦੇ ਮੁਖੀ ਮਹਾਂਪੁਰਸ਼, ਜਿਹੜਾ ਹੈਡਕੁਆਟਰ ਮੰਡਲ ਹਰੀਆ ਮੇਲਾ ਸਾਹਿਬ ਵਿਖੇ ਇਸ ਇਲਾਕੇ ਦੇ ਪਤਵੰਤ ਦੇ ਮੁਖੀ ਜਿਹੜੇ ਸੱਜਣ ਸਨ, ਜਿਸ ਤਰ੍ਹਾਂ ਸੱਚਖੰਡ ਦਾ ਸੀ ਸ੍ਰੀਮਾਨ ਸਰਦਾਰ ਦਸੌਂਦਾ ਸਿੰਘ ਜੀ, ਜਹਿਰਦਾਰ ਸਾਹਿਬ ਸ੍ਰੀਮਾਨ ਸਰਦਾਰ ਸੰਤਾ ਸਿੰਘ ਜੀ, ਸ੍ਰੀਮਾਨ ਸਰਦਾਰ ਬੱਬਰ ਸਿੰਘ ਜੀ ਭਾਵੇਂ ਸਰੀਰ ਕਰਦੇ ਅੱਜ ਨਹੀਂ ਰਹੇ ਪਰ ਉਹਨਾਂ ਦੀ ਸੇਵਾ ਤਾਂ ਸਦਾ ਚੇਤੇ ਰਹੇਗੀ। ਜਦੋਂ ਗੁਰੂ ਘਰ ਦਾ ਦੇਖਿਆ ਚਾਲ ਚੱਲਣ ਤੌਰ ਤਰੀਕਾ ਮਾਨ ਪ੍ਰਜਾਦਾ ਅਤੇ ਬੇਬਸ ਸਨ, ਕਿਉਂਕਿ ਮਹੰਤ ਕਿਸੇ ਦੀ ਗੱਲ ਹੀ ਨਹੀਂ ਸੁਣਦਾ ਸੀ। ਕਹਿੰਦਾ ਸੀ ਤੇਰੀ ਨਿੱਜੀ ਜਾਇਦਾਦ ਹੈ, ਮੈਂ ਮਹੰਤ ਹਾਂ ਅਤੇ ਮੈਂ ਜੋ ਮਰਜ਼ੀ ਕਰਾਂ, ਤੁਸੀਂ ਮੱਥਾ ਟੇਕਣਾ ਟੇਕੋ, ਪ੍ਰਸ਼ਾਦ ਲੈਣਾ ਦਓ, ਨਹੀਂ ਆਉਣਾ ਨਾ ਨਾ ਆਓ, ਜੇ ਆਉਣਾ ਆਓ, ਇੱਥੇ ਤੁਸੀਂ ਦਖਲ ਅੰਦਾਜ਼ੀ ਨਹੀਂ ਕਰ ਸਕਦੇ। ਅਤੇ ਸ਼ਹਿਰ ਵਾਸੀ ਸੰਗਤਾਂ ਇਹਨਾਂ ਵਿੱਚੋਂ ਪਤਵੰਤ ਦੇ ਸਰੀਰ ਸਾਰੇ ਜਣੇ ਰਲ ਕੇ ਗਏ, ਬਾਬਾ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਇਹ ਗੁਰੂ ਕੀ ਫੌਜ ਆ ਅਤੇ ਫੌਜ ਦਾ ਕੰਮ ਆ, ਇਹ ਪਹਿਲਾ ਦੇਣਾ ਅਰਦਾਸ ਕਰਕੇ ਜਾਂਦੇ ਪਾਏ। ਸ੍ਰੀ ਅਨੰਦਪੁਰ ਸਾਹਿਬ ਤੋਂ ਜਾਂਦੇ ਪਾ ਕੇ ਸਦਾਬਾਦ ਗੁਰਦੁਆਰਾ, ਫਿਰ ਡੇਰਾ ਵਸੀ, ਫਿਰ ਰਾਣੀ ਦੇ ਰਾਏਪੁਰ, ਅਤੇ ਰਾਣੀ ਦੇ ਰਾਏਪੁਰ ਤੋਂ ਫਿਰ ਆਪਣੇ ਨਰੈਣਗੜ੍ਹ, ਨਰੈਣਗੜ੍ਹ ਤੋਂ ਟੋਕਾ ਸਾਹਿਬ, ਟੋਕਾ ਸਾਹਿਬ ਤੋਂ ਜਦੋਂ ਚੱਲੇ ਤਾਲੇ ਅੰਬਖਾਣੀ ਲੰਘਣਾ ਸੀ, ਉੱਥੇ ਬੈਰੀਅਰ ਸੀ ਅਤੇ ਮਹੰਤ ਗੁਰਦਿਆਲ ਸਿੰਘ ਨੂੰ ਪਹਿਲਾਂ ਪਤਾ ਲੱਗ ਗਿਆ ਵੀ ਗੁਰੂ ਦੀ ਫੌਜ ਆ ਰਹੀ ਹੈ, ਅਤੇ ਬਾਬਾ ਜੀ ਨੇ ਜਦੋਂ ਉੱਥੋਂ ਲੰਘਣਾ ਸੀ ਸਾਰੀ ਫੌਜ ਨੇ ਇਹ ਪੁੱਛਿਆ ਕੀ ਗੱਲ ਹੈ, ਕਹਿਣ ਲੱਗੇ ਤੁਸੀਂ ਉਸ ਇਲਾਕੇ 'ਚ ਨਹੀਂ ਜਾ ਸਕਦੇ, ਕਹਿੰਦੇ ਕੋਈ ਲਾ ਹੈ ਕੋਈ ਕਾਨੂੰਨ ਹੈ, ਅਸੀਂ ਆਪਣੇ ਪਵਿੱਤਰ ਗੁਰਧਾਮ ਦੀ ਯਾਤਰਾ ਵਾਸਤੇ ਜਾਣਾ, ਮੱਥਾ ਟੇਕਣ ਜਾਣਾ, ਤੁਸੀਂ ਸਾਨੂੰ ਕਿੱਦਾਂ ਰੋਕ ਸਕਦੇ, ਦੱਸੋ ਅਸੀਂ ਕੋਈ ਕ੍ਰਾਈਮ ਕੀਤਾ, ਕੋਈ ਜੁਰਮ ਕੀਤਾ ਜਿਸ ਕਰਕੇ ਤੁਸੀਂ ਕੋਈ ਜਵਾਬ ਨਹੀਂ ਸੀ। ਅਤੇ ਉੱਥੋਂ ਸਾਰੀ ਫੌਜ ਲੰਘਿਆ ਜੀ, ਉੱਥੋਂ ਚੱਲ ਕੇ ਫਿਰ ਪੂਰਵ ਵਾਲ ਭੇਜਦੇ ਇੱਥੇ ਮੇਰੇ 4 ਮਿੰਟ ਅਤੇ 4:30 ਮਿੰਟ 'ਤੇ ਸੰਤ ਬਾਬਾ ਜੀ ਮਹਾਂਪੁਰਸ਼ ਸ੍ਰੀਮਾਨ ਸੰਤ ਬਾਬਾ ਆਤਮ ਸਿੰਘ ਜੀ ਮਸਤੂਆਣਾ ਵਾਲੇ ਮਹਾਂਪੁਰਸ਼ਾਂ ਦਾ ਪਵਿੱਤਰ ਸਥਾਨ ਹੈ, ਉਹਨਾਂ ਨੇ ਕਿਸੇ ਸਮੇਂ ਚੜ੍ਹ ਪਾਏ, ਉਹਨਾਂ ਵੱਲੋਂ ਵਰਸਾਏ ਹੋਏ ਮਹਾਂਪੁਰਸ਼ ਉੱਥੇ ਸਿੰਘ ਸੇਵਾ ਕਰਦੇ ਸਨ, ਉੱਥੇ ਅਵਸਰ ਆਇਆ। ਰਾਤ ਦੇ 11 ਵਜੇ ਸਾਧ ਸੰਗਤ ਜੀ ਸਾਰੇ ਤਨ ਘੇਰਾ ਪਾ ਕੇ, ਜਿਹੜੇ ਸੀਨੀਅਰ ਅਫਸਰ ਪੁਲਿਸ ਅਫਸਰ ਸਨ ਉਹ ਬਾਬਾ ਜੀ ਦੇ ਕੋਲ ਪਹੁੰਚੇ, 10 ਵੀ ਕੋਲ ਸੀ, ਕਹਿਣ ਲੱਗੇ ਤੁਸੀਂ ਪੌਂਟਾ ਸਾਹਿਬ ਨਾ ਜਾਓ, ਉੱਥੇ ਕਲੇਸ਼ ਹੋਊਗਾ, ਉੱਥੇ ਲੜਾਈ ਹੋਊਗੀ, ਤੁਹਾਨੂੰ ਇੱਥੇ ਪੈਸੇ ਜਿੰਨੇ ਚਾਹੀਦੇ ਆ, ਇੱਥੇ 3-4 ਲੱਖ ਰੁਪਈਆ ਉਦੋਂ ਬਹੁਤ ਹੁੰਦਾ ਸੀ, ਸਭ ਚਾਹੁਣ 3-4 ਲੱਖ ਰੁਪਈਆ ਬਹੁਤ ਹੁੰਦਾ ਸੀ, ਰਸਤਾ ਇੱਥੇ ਜਾ ਦਿੰਦੇ ਹਾਂ, 3-4 ਲੱਖ ਰੁਪਈਆ ਜਾ ਦਿੰਦੇ ਹਾਂ, ਤੁਸੀਂ ਉੱਥੇ ਕੀ ਕਰਦਾ ਜਾ ਕੇ ਇੱਥੋਂ ਹੀ ਪਹੁੰਚੋ ਪੁੱਛਾਂ। ਬਾਬਾ ਜੀ ਕਹਿੰਦੇ ਅਸੀਂ ਰੁਪਈਏ ਲੈਣੇ ਆਏ, ਰਸਤਾ ਲੈਣੇ ਆ, ਇਸ ਤਰ੍ਹਾਂ ਗੁਰਧਾਮ ਦੇ ਦਰਸ਼ਨ ਕਰਨ ਵਾਸਤੇ ਯਾਤਰਾ ਕਰਨ ਵਾਸਤੇ ਜਾਣਾ ਹਰ ਹਾਲਤ ਵਿੱਚ, ਜੇ ਤੁਸੀਂ ਰੋਕੋਗੇ ਤਾਂ ਵੀ ਜਾਣਾ ਅਤੇ ਜੇ ਨਾ ਰੋਕੋਗੇ ਤਾਂ ਵੀ ਜਾਣਾ। ਉਹਨਾਂ ਨੇ ਆ ਕੇ ਮਹੰਤ ਨੂੰ ਦੱਸ ਦਿੱਤੀ ਸਾਰੀ ਗੱਲ। ਉਦੋਂ ਕੋਈ ਟੈਲੀਫੋਨ ਆਮ ਨਹੀਂ ਹੁੰਦੇ ਸੀ, ਤਾਰ ਘਰ ਹੁੰਦੇ ਸੀ ਜਾਂ ਮੇਰੇ ਵਿੱਚ ਫੋਨ ਆਉਂਦੇ ਸੀ, ਇਸ ਕਰਕੇ ਜਦੋਂ ਧੁੱਪ ਧੁੱਪਦੀ ਹਨ ਉਹ ਸੰਬੰਧੀ ਆ ਕੇ 4 ਵਜੇ ਸਾਰੇ ਬ੍ਰਹਿਮੰਡ ਵਿੱਚ ਚਲੇ ਜਾਂਦੇ ਹੈ, ਦੂਰ ਦੁਰੇਡੇ ਤੱਕ ਸਾਰੀਆਂ ਸੰਗਤਾਂ ਦਾ 4 ਵਜੇ ਰਾਤ ਦੇ ਭੀੜ ਲੱਗੀ ਰਹਿਣ, ਸ਼ਹਿਰ ਦੀਆਂ ਸੰਗਤਾਂ, ਇਲਾਕੇ ਦੀਆਂ ਸੰਗਤਾਂ, ਸਵੇਰ ਰਾਤ ਦੇ ਰਾਤ ਇਹਨਾਂ ਸੰਗਤਾਂ ਦਾ ਹੜ੍ਹ ਆਇਆ ਅਤੇ ਜਿੱਦਾਂ 12 ਸਾਲ ਮੀਂਹ ਨਾ ਵਰੇ ਔਰ ਲੱਗੀ ਰਹੇ, ਅਤੇ 12 ਸਾਲ ਬਾਅਦ ਜਦੋਂ ਮੀਂਹ ਪੈਂਦਾ ਵਰਖਾ ਪੈ ਹੁੰਦੀ ਆ ਨਾ, 4 ਵਜੇ ਸਾਰੀ ਧਰਤੀ ਸਾਰੀ ਬਨਸਪਤੀ ਮੌੜ ਉੱਠਦੀ ਹੈ।
ਅਤੇ ਸਤਸੰਗ ਜੀ 7 ਸਾਲਿਆਂ ਨੂੰ ਇਕੱਠੇ ਕੀਤਾ ਬਾਬਾ ਜੀ ਨੇ ਉੱਥੇ ਬਰਾਂਡੇ ਇਕੱਠੇ ਕਰਕੇ ਕਹਿਣ ਲੱਗੇ ਸਿੱਖੋ ਅਤੇ ਜਿਹੜੀ ਗੌਰਮੈਂਟ ਜਾਂ ਪ੍ਰਸ਼ਾਸਨ ਆ ਇਹਨਾਂ ਦਾ ਰਾਸਤਾ ਕੋਈ ਠੀਕ ਨਹੀਂ ਲੱਗਦਾ, ਕੋਈ ਭਾਣਾ ਵਰਤਣਾ ਲੱਗਦਾ ਅਤੇ ਚਾਰ ਮਿੰਟ ਚਾਰ ਰਹਿਣਾ ਸਾਫ ਤਾਂ ਰਹਿਣਾ ਅਤੇ ਦੇ ਨਹੀਂ ਹੋਣਾ। ਦੋ ਗੱਲਾਂ ਦਾ ਧਿਆਨ ਰੱਖਿਓ, ਇੱਕ ਤਾਂ ਸ੍ਰੀ ਫਤਿਹਗੜ੍ਹ ਸਾਹਿਬ ਫੈਕਟਰੀ ਹੁੰਦੇ, ਦੂਸਰਾ ਪਾਪ ਆਪਣੀ ਪੁਲਿਸ ਨੂੰ ਜੁੱਤੀਆਂ ਸਮੇਤ ਦਰਬਾਰ ਜੀ ਪੜ੍ਹ ਦੇਣਾ, ਬਾਕੀ ਤੁਸੀਂ ਜਾਣਾ ਤੁਹਾਡਾ ਕੰਮ ਜਾਣੇ, ਅਸੀਂ ਤਾਂ ਹੁਣ ਚੱਲੇ ਹਾਂ। ਮੈਂ ਜਦੋਂ ਨਿਸ਼ਾਨ ਸਾਹਿਬ ਦੇ ਕੋਲ ਪਹੁੰਚਾ ਅਤੇ ਦਇਆ ਸਿੰਘ ਨਾਮੇ ਡੇਰੀ ਦੇ ਮੇਨ ਦਰਵਾਜ਼ੇ 'ਤੇ ਪਹਿਲੇ ਤੇ ਖੜ੍ਹੇ ਸੀ, ਉਹਨਾਂ ਨੇ ਦੇਖਿਆ ਪਿੱਛੋਂ ਪੁਲਿਸ ਜਾਂ ਗੱਡੀਆਂ ਤੋਂ ਪੁਲਿਸ ਛਾਲਾ ਮਾਰ ਮਾਰ ਕੇ ਪਾਪ ਆਪਣੀ ਸਵੇਰ ਦੁੱਤੀਆਂ ਉਹ ਭੱਜੇ ਆ ਰਹੇ ਦਰਬਾਰ ਵਾਲੇ। ਇੱਧਰਲੇ ਪਾਸੇ ਦੇਖਿਆ ਇਹ ਕੰਧ ਟੱਪ ਕੇ ਜਿਹੜੀ ਸੀ ਤਹਿਸੀਲ ਦੀ ਕੰਧ ਟੱਪ ਕੇ ਉੱਧਰੋਂ ਛਾਲਾ ਮਾਰ ਕੇ ਅਤੇ ਸੈਕਟਰੀਆਂ ਦੀ ਲੈਂਡਿੰਗ ਅਤੇ ਮਾਂ ਬਾਪ ਦੀ ਪੁਲਿਸ ਅੰਦਰ ਦਾਖਲ ਹੋ ਗਈ। ਉਹਨਾਂ ਨੇ ਪਹਿਲਾਂ ਬੱਸ ਖੜ੍ਹੀ ਸੀ ਡੇਰੀ ਦੇ ਬਾਹਰਲੇ ਪਾਸੇ ਸਪੀਕਰ ਬਣਿਆ ਸੀ ਉਹਦੇ 'ਤੇ ਅਨਾਊਂਸਮੈਂਟ ਕੀਤੀ ਅਤੇ ਅਸੀਂ ਅੰਦਰ ਜਿਹੜੇ ਸਿੰਘ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਵੀ ਤੁਸੀਂ ਗੁਰੂ ਸਾਹਿਬ ਦਾ ਘਰ ਪਾਠ ਸਮਾਪਤ ਕਰਕੇ ਮਹਾਰਾਜ ਸੰਤੋਖ ਕੇ ਬਾਹਰ ਆਪਣੀ ਗ੍ਰਿਫਤਾਰੀ ਦੇ ਦਿਓ ਅਤੇ ਆਦਮੀ ਮਾਰਨਾ ਗਿਆ ਅਤੇ ਤੁਸੀਂ ਘਰ ਪਾਠ ਸਾਹਿਬ ਸਮਾਪਤ ਕਰਕੇ ਬਾਹਰ ਆ ਜਾਓ, ਗ੍ਰਿਫਤਾਰੀਆਂ ਦੇ ਦਿਓ ਜੇ ਤੁਸੀਂ ਗੋਲੀ ਚਲਾਵੋਗੇ। ਕਿਸੇ ਸਿੰਘ ਨੇ ਜਾਣਾ ਨਹੀਂ ਸੀ ਬਾਹਰ, ਨਾਮ ਕੋਈ ਗਿਆ ਤਾਂ ਫਿਰ ਫਿਰ ਉਹਨਾਂ ਨੇ ਆ ਕੇ ਦਰਵਾਜ਼ੇ ਤੋੜਨੇ ਸ਼ੁਰੂ ਕੀਤੇ, ਹੁਣ ਸਮਾਂ ਆ ਗਿਆ ਅਤੇ ਆਪ ਜੀ ਨੇ ਕਿਰਪਾ ਰੱਖੀ ਅਤੇ ਅਸੀਂ ਢੋਲੀਏ ਨਾ ਜਿੰਨਾ ਚਿਰ ਸਾਡੇ ਸਰੀਰਾਂ 'ਚ ਸਵਾਸ ਆ ਖੰਡ ਪਾਠ ਸਾਹਿਬ ਉਹਨਾਂ ਕੰਡਰ ਹੋਣ ਦੀ ਅਤੇ ਬਾਬਾ ਜੀ ਪੁਲਿਸ ਨੂੰ ਅੰਦਰ ਨਾਲ ਦਾਖਲ ਹੋਣ ਅਤੇ ਪਹਿਲੇ ਤਾਂ ਖੜ੍ਹੇ ਹੋ ਸਾਰੇ ਸਿੱਧਾਂ ਨੇ ਕਿ ਜਿੰਨਾ ਚਿਰ ਸਰੀਰ 'ਚ ਸਵਾਸ ਆ ਉਹਨਾਂ ਦੇ ਬਾਬਾ ਜੀ ਪੁਲਿਸ ਵਾਲੇ ਤੋਂ ਅੰਦਰ ਨਹੀਂ ਪੈਰ ਰੱਖਣ ਗਿਆ। ਜਦੋਂ ਸਾਰੇ ਦਰਵਾਜ਼ੇ ਖੁੱਲ ਗਿਆ ਦੇਖ ਲਿਆ ਉਹਨਾਂ ਨੇ ਵਾਰਨਾਮ ਵੀ ਦੇ ਹੱਲੇ ਆਖਰੀ ਫਿਰ ਕਿਸੇ ਦੇ ਆਰਡਰ ਦੇ ਦਿੱਤਾ ਅਤੇ ਗੋਲੀ ਚਲਾ ਲਿਆ। ਜੇ ਤੁਸੀਂ ਦੇਖ ਲਓ ਜਿਹੜੀਆਂ ਜਿਹੜੀਆਂ ਗੋਲੀਆਂ ਭਰੀਆਂ ਸੀ ਉਹ ਸਾਰੀਆਂ ਦਾ ਮੀਂਹ ਵੱਧ ਗਿਆ, ਮੀਂਹ ਇੱਦਾਂ ਲਾ ਲਓ ਸੀ ਕੰਧ ਹੈ ਉੱਧਰ ਦੀ ਛੱਤ ਹੈ ਦਰਬਾਰ ਦੀ, ਕੰਧਾਂ ਵਿੱਚੋਂ ਵੀ ਜਗਿਆਰੇ ਨਿਕਲਦੇ ਸੀ, ਦਰਵਾਜ਼ੇ ਜਿਹੜੇ ਸੀ ਛਾੜਨੇ ਨਾਲ ਛਾੜਨੇ ਹੋ ਗਏ। ਉਸ ਵੇਲੇ ਦਾਸ ਜਿੱਥੇ ਫਤਿਹਗੜ੍ਹ ਸਾਹਿਬ ਹੋ ਰਿਹਾ ਸੀ ਚੌਰ ਦੀ ਸੇਵਾ ਕਰਦੇ ਸੀ ਖੜਾ ਹੋ ਪਹੁੰਚੇ ਮਹਾਂਪੁਰਸ਼ਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਨੂੰ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਸਰੂਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਬੀਬੀ ਯਸ਼ਪਾਲ ਕੌਰ ਹਰੀਆਂ ਵੱਲਾਂ ਵੱਲੋਂ ਖੂਨੀ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਿੱਖ ਸੰਗਤ ਨੂੰ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਸਿੰਘ ਸਜਣ ਦੀ ਅਪੀਲ ਕੀਤੀ। ਕਿ ਇਸ ਅਸਥਾਨ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਪੰਜਾਬ ਤੋਂ ਹਰੀਆਂ ਮਿਲਾਂ ਤੋਂ ਸਵਰਗ ਪਾਸੇ ਸਤਿਕਾਰਯੋਗ ਬਾਬਾ ਹਰਭਜਨ ਸਿੰਘ ਜੀ ਦੀ ਅਗਵਾਈ ਵਿੱਚ ਸੰਗਤਾਂ ਦੇ ਵਾਰ ਵਾਰ ਕਹਿਣ 'ਤੇ ਸਾਡੇ ਸਿੰਘਾਂ ਦਾ ਰੱਖਾ ਇਕੱਲੇ ਸਿੰਘ ਨਹੀਂ ਵਿਸ਼ਵ ਸ਼ਹੀਦਾਂ ਤਰਨਾ ਦਾ ਪਰਿਵਾਰ ਉਹਨਾਂ ਨੇ ਬਾਬਾ ਜੀ ਦੀ ਦੱਸੀ ਗਾਈਡਲਾਈਨਸ ਦੇ ਅਨੁਸਾਰ ਇੱਥੇ ਸ਼ਾਂਤਮਈ ਅਖੰਡ ਪਾਠ ਸਾਹਿਬ ਆਰੰਭ ਕੀਤੇ। ਉਸ ਤੋਂ ਅੱਗੇ ਆਪ ਜੀ ਚੰਗੀ ਤਰ੍ਹਾਂ ਜਾਣਦੇ ਹੋ ਉਹਨਾਂ ਦੇ ਹੱਥੇ ਸਿੰਘਾਂ ਨੇ ਜੋ ਕਿ ਸਿਰਫ ਇਸ ਦਰਬਾਰ ਦੀ ਪਵਿੱਤਰਤਾ ਸਤਿਗੁਰੂ ਜੀ ਦੇ ਦਰਬਾਰ ਦੀ ਪਵਿੱਤਰਤਾ ਕਾਇਮ ਕਰਨ ਆਏ ਸਨ, ਜੋ ਕਿ ਇੱਥੇ ਭੰਗ ਹੋ ਗਈ ਸੀ ਉਸ ਦੇ ਲਈ ਉਹਨਾਂ ਨੇ ਬੜੀ ਚੜ੍ਹਦੀ ਕਲਾ ਵਿੱਚ ਅਖੰਡ ਪਾਠਾਂ ਦੀ ਲੜੀ ਲਗਾਈ। ਲੜੀ ਚੱਲਦਿਆਂ ਚੱਲਦਿਆਂ ਦੂਸਰੇ ਪਾਸੇ ਪਾਵਰ ਵੱਧਦਿਆਂ ਵੱਧਦਿਆਂ ਉਹ ਮਹੰਤ ਇੰਨੇ ਅੰਨੇ ਹੋ ਗਏ ਕਿ ਉਹਨਾਂ ਨੂੰ ਇਹ ਵੀ ਦਿਖਾਈ ਨਹੀਂ ਦਿੱਤਾ ਕਿ ਸਤਿਗੁਰੂ ਜੀ ਦੇ ਦਰਬਾਰ ਦੀ ਸੇਵਾ ਕਰਕੇ ਨਿਹੱਥੇ ਸਿੰਘਾਂ ਦੇ ਉੱਤੇ ਤੁਸੀਂ ਇੱਦਾਂ ਦੇ ਕੋਝੇ ਵਾਰ ਨਹੀਂ ਕਰ ਸਕਦੇ। ਪਰ ਜਦੋਂ ਮਤ 'ਤੇ ਭਾਟਾ ਪੈਂਦਾ ਹੈ ਤਾਂ ਕਿਸੇ ਦੇ ਬੱਸ ਦੀ ਗੱਲ ਨਹੀਂ ਰਹਿੰਦੀ, ਸੋ ਹੋਣੀ ਹੋ ਕੇ ਰਹੇ ਵਾਕਿਆ ਹੀ ਇਸ ਦੇ ਹੋਣ ਦੇ ਨਾਲ ਅੱਜ ਅਸੀਂ ਸਾਰੇ ਦਰਬਾਰ ਦੇ ਵਿੱਚ ਏਸੀਆਂ 'ਚ ਸ਼ਾਂਤ ਨਹੀਂ ਠੰਡੇ ਸੁੰਦਰ ਦਰਬਾਰ ਵਿੱਚ ਬੈਠੇ ਹਾਂ। ਇਸ ਸਾਰੇ ਸਾਡੇ ਇਸ ਦਰਬਾਰ ਦਾ ਜੋ ਵੀ ਸੇਵਾ ਹੈ ਉਹ ਵਿਸ਼ਵ ਸ਼ਹੀਦਾਂ ਤਰਨਾ ਦਾ ਹਰੀਆਂ ਬੇਨਾਂ ਦੇ ਪਰਿਵਾਰ ਦੇ 11 ਸਿੰਘਾਂ ਦੇ ਸਿਰ 'ਤੇ ਹੈ, ਜਿਨ੍ਹਾਂ ਦੇ ਵਿੱਚੋਂ
ਸਾਡੇ ਦੋ ਕੀਮਤੀ ਸਿੰਘ ਇੱਕ ਮਾਸਟਰ ਜੀ ਹੁਸ਼ਿਆਰਪੁਰ ਤੋਂ ਜ਼ਖਮੀ ਹੋਏ, ਦੂਸਰੇ ਮਹਾਂਪੁਰਸ਼ ਜਿੰਦਾ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਵੀ ਬਹੁਤ ਸੀਰੀਅਸ ਜ਼ਖਮੀ ਹੋਏ, ਉਹਨਾਂ ਨੂੰ ਹਸਪਤਾਲਾਂ ਵਿੱਚ ਰੱਖਿਆ ਗਿਆ। ਆਪ ਸੰਤਾਂ ਨੇ ਸਹਿਯੋਗ ਦਿੱਤਾ, ਜੇਲ੍ਹਾਂ ਵਿੱਚ ਰੱਖਿਆ ਗਿਆ, ਜੋ ਵੀ ਵੱਧੋ ਵੱਧ ਉਸ ਸਮੇਂ ਦੀਆਂ ਸਰਕਾਰਾਂ ਕਰ ਸਕਦੀਆਂ ਸਨ ਉਹ ਕੀਤਾ ਗਿਆ। ਪਰ ਕਲਗੀ ਦਾ ਸੱਚੇ ਪਾਤਸ਼ਾਹ ਜਿਹਨਾਂ ਨੂੰ ਹਮ ਬਖਸ਼ ਕੇ ਭੇਜਦੇ ਹਨ, ਉਹਨਾਂ ਦੇ ਸੀਸ 'ਤੇ ਸਦਾ ਆਪਣਾ ਹੱਥ ਰੱਖਦੇ ਹਨ। ਉਹਨਾਂ ਨੇ ਇਹਨਾਂ ਕੇਸਾਂ 'ਚੋਂ ਹਸਪਤਾਲਾਂ 'ਚੋਂ ਬਾਬਾ ਜੀ ਨੂੰ ਸਹੀ ਸਲਾਮਤ ਕੀਤਾ। ਸੰਗਤਾਂ ਦੀ ਸਹੂਲਤ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਜੀ ਦੇ ਲੰਗਰਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ, ਜਿਸ ਦੌਰਾਨ ਸੇਵਾਦਾਰਾਂ ਵੱਲੋਂ ਆਪਣੀਆਂ ਸੇਵਾਵਾਂ ਤਨਦੇਹੀ ਨਾਲ ਨਿਭਾਈਆਂ ਜਾ ਰਹੀਆਂ ਸਨ। ਸਮਾਗਮ ਦੀ ਸਮਾਪਤੀ 'ਤੇ ਨਿਹੰਗ ਸਿੰਘਾਂ ਵੱਲੋਂ ਮਹੱਲੇ ਸਜਾਏ ਗਏ, ਜਿਸ ਦੌਰਾਨ ਘੋੜਸਵਾਰੀ, ਗੱਤਕੇਬਾਜ਼ੀ ਅਤੇ ਹੋਰ ਰਵਾਇਤੀ ਖੇਡਾਂ ਦਾ ਪ੍ਰਦਰਸ਼ਨ ਕੀਤਾ ਗਿਆ। ਸਾਡੀ ਟੀਮ ਦੇ ਨੁਮਾਇੰਦੇ ਬਲਬੀਰ ਸਿੰਘ ਪਟੋਆ ਨਾਲ ਗੱਲਬਾਤ ਕਰਦਿਆਂ ਸੰਤ ਬਾਬਾ ਨਿਹਾਲ ਸਿੰਘ ਜੀ ਨੇ ਸ਼ਹੀਦੀ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਪਹੁੰਚੀਆਂ ਪ੍ਰਮੁੱਖ ਸ਼ਖਸੀਅਤਾਂ, ਸ਼੍ਰੋਮਣੀ ਕਮੇਟੀ, ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਪਾਉਂਟਾ ਸਾਹਿਬ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ। ਮਿਸਲ ਸ਼ਹੀਦਾਂ ਤਾਲਾਂ ਨਾਲ ਹਰੀਆ ਬੈਰਾ ਜਥੇਬੰਦੀ ਦੇ 11 ਨਿਹੰਗ ਸਿੰਘਾਂ ਨੇ ਸ਼ਹੀਦੀਆਂ ਦੇ ਕੇ ਇਸ ਅਸਥਾਨ ਦੀ ਪਵਿੱਤਰਤਾ ਨੂੰ, ਮਰਯਾਦਾ ਨੂੰ ਬਹਾਲ ਕੀਤਾ ਅਤੇ ਆਪਣੇ ਪਵਿੱਤਰ ਖੂਨ ਨਾਲ ਸਤਿਗੁਰੂ ਜੀ ਦੇ ਪਵਿੱਤਰ ਦਰਬਾਰ ਦੇ ਇਸ਼ਨਾਨ ਕਰਵਾ ਕੇ ਇਸ ਦੀ ਪਵਿੱਤਰਤਾ ਨੂੰ ਕਾਇਮ ਕੀਤਾ, ਮਹਾਨਤਾ ਦੀ ਜਕੜ ਤੋਂ ਆਜ਼ਾਦ ਕਰਵਾ ਕੇ ਇਸ ਗੁਰਧਾਮ ਦੇ ਸਾਰਾ ਪ੍ਰਬੰਧ ਜਿਹੜਾ ਸੀ ਪੰਥ ਦੇ ਹੱਥਾਂ ਵਿੱਚ ਸੌਂਪਿਆ। ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਅੰਦਰ ਦਰਬਾਰ ਸ਼੍ਰੀ ਪਾਉਂਟਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮਿਸਲ ਸ਼ਹੀਦਾਂ ਤਾਲਾਂ ਨਾਲ ਹਰੀਆਂ ਬੇਲਾਂ ਜਥੇਬੰਦੀ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਅੱਜ ਅੰਮ੍ਰਿਤ ਵੇਲੇ ਤੋਂ ਸ੍ਰੀ ਅਖੰਡ ਪਾਠਾਂ ਦੇ ਭੋਗ ਤੋਂ ਉਪਰੰਤ ਦੀਵਾਨ ਸਜਾਏ ਗਏ, ਕਥਾ ਕੀਰਤਨ ਹੋਏ, ਉਹਨਾਂ ਮਹਾਨ ਸ਼ਹੀਦਾਂ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ ਗਏ। ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ, ਜਿੱਥੇ ਡੋਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ। ਇਸ ਕਰਕੇ ਇਨਕਲਾਬ ਆਉਂਦਾ ਹੈ ਅਤੇ ਉਹਨਾਂ ਤੋਂ ਪ੍ਰੇਰਣਾ ਮਿਲਦੀ ਹੈ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗੀਏ, ਰਹਿਤਵਾਨ ਹੋ ਕੇ ਗੁਰੂ ਕੀ ਬਾਣੀ ਦੇ ਦਿੱਤ ਨੇਮੀ ਹੋਈਏ, ਸਿਮਰਨ ਦਾ ਅਭਿਆਸ ਕਰੀਏ, ਸੇਵਾ ਕਰੀਏ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਸੰਗਤਾਂ ਨੇ ਇਸ ਮਹਾਨ ਸਮਾਗਮ ਵਿੱਚ ਹਾਜ਼ਰ ਹੋ ਕੇ ਹਾਜ਼ਰੀਆਂ ਭਰੀਆਂ ਆਨ ਮਾਨ ਧਨ ਨਾਲ ਸੇਵਾ ਕਰਕੇ ਕਲਗੀਧਰ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਵਾਹਿਗੁਰੂ ਜੀ ਕਾ ਖਾਲਸਾ।